घर आला गूंगा बोला सुनता नहीं है, वह भी मन तो टेंशन ले फिरता भी की करता कि उन्हें दुख सुख दस ही नहीं सकता ना वो किसी कह ही सकता भी मेरे हुई मेरे कोई सरकार नहीं सुनती जिन्हें कह दिता वेखी जाते सारे अज पांच दिन हो गए आ कुड़ियां मैं बैठी लैके ना सिर ते छां ना पड़ोले विच दाने भुखे सौंदे ने न्याणे तस्वीरां बेहद दर्दनाक ने तुहाडे दिल नूं चंजोड़ के रख देणगियां। यह तस्वीर फिरोजपुर के पिंड सहजादी दियां ने जिथे एक गरीब परिवार दरदार दियां ठोकरां खाण नूं मजबूर होया पिया है। कैप्टन अमरिंदर सिंह दी सरकार बेशक दावे करती है कि हर एक गरीब परिवार नूं पंज पंज मरले प्लाट दिता जाएगा पर यह दावे सच साबित नहीं हो रहे। एक परिवार के सिर ते ना तो छत है अते ना ही उसके कोल खाण दे लई रोटी है। वह दरदार दियां ठोकरां खाण दे लई मजबूर होया पिया है। ना तो रब उसकी सुन रहा है अते ना ही सत्ता दे विच बैठी सरकार उसकी सुन रही है। जो भी इस परिवार की हालत वेखदा है उसका सीना चीरिया जाता है क्योंकि इस परिवार के मुखी नूं रब ने गरीबी तो दित्ती ही ना ही उस नूं दो बीमारियां भी दे दित्तियां। वह ना तो सुन सकता है अते ना ही बोल सकता है। ਬਹੁਤ ਹਾਲਾਤ ਮੰਦੇ ਆ, ਬਹੁਤ ਮਾੜੇ ਆ, ਕਾਫੀ ਟਾਈਮ ਤੋਂ ਸਾਡੇ ਹਾਲਾਤ ਮਾੜੇ। ਕਿਸ ਤਰ੍ਹਾਂ ਤੁਸੀਂ ਗੁਜ਼ਾਰਾ ਕਰਦੇ ਆ, ਮਤਲਬ ਕਰਦਾ ਕਿਸ ਤਰ੍ਹਾਂ ਗੁਜ਼ਾਰਾ ਚੱਲਦਾ? ਮੇਰਾ ਡੈਡੀ ਬੋਲਾ ਵਾ ਉਹ ਕੰਮ ਨਹੀਂ ਕਰਦਾ, ਮਾੜਾ ਮੋਟਾ ਕਰ ਲੈਂਦਾ, ਗੂੰਗਾ ਵਾ ਸੁਣਦਾ ਨਹੀਂ ਉਹਨੂੰ। ਅਸੀਂ ਦੋਨੇ ਭੈਣਾਂ ਵਾਂ ਅਤੇ ਅਸੀਂ ਕਿਸੇ ਦਾ ਕੰਮ ਕਰਕੇ ਨਾਲੇ ਮਾਂ ਪਿਓ ਨੂੰ ਲਿਆ ਕੇ ਦੇਣੀਆਂ, ਨਾਲੇ ਅਸੀਂ ਆਪ ਟਾਈਮ ਸਾਰ ਦਿੰਦੇ ਘਰ ਦਾ। ਅੱਛਾ ਹੋਰ ਕਿਸ ਤਰ੍ਹਾਂ ਰਹਿ ਰਹੇ ਹੋ ਤੁਸੀਂ? ਘਰ ਦੇ ਵਿੱਚ ਸਮਾਨ ਬਾਹਰ ਰੱਖਿਆ? ਸਮਾਨ ਬਾਹਰ ਪਿਆ ਵਾ ਅਤੇ ਕਮਰਾ ਸਾਡਾ ਡਿੱਗਿਆ ਵਾ। ਸਰਕਾਰਾਂ ਕੋਈ ਤੁਹਾਡੇ ਵੱਲ ਕੋਈ? ਸਰਕਾਰ ਨੇ ਕਿਸੇ ਨੇ ਨਹੀਂ ਸੁਣੀ ਸਾਡੀ ਅਜੇ। ਵੋਟਾਂ ਦੇ ਟਾਈਮ ਤੁਹਾਡੇ ਕੋਲ? ਵੋਟਾਂ ਦੇ ਟਾਈਮ ਵੇਲੇ ਸਾਡੇ ਘਰ ਆ ਜਾਂਦੇ ਆ, ਉਦੋਂ ਕਹਿ ਦਿੰਦੇ ਆ ਤੁਹਾਡਾ ਕਮਰਾ ਪਾ ਦਾਂਗੇ, ਆਹ ਕਰ ਦਾਂਗੇ, ਪਰ ਬਾਅਦ 'ਚ ਕੁਛ ਨਹੀਂ ਕਰਦੇ, ਵੋਟਾਂ ਲੈ ਕੇ ਚਲ ਜਾਂਦੇ ਆ। ਕੋਈ ਸਰਕਾਰ ਫਰਿਆਦ ਨਹੀਂ ਸੁਣਦੀ ਤੁਹਾਡੀ? ਨਹੀਂ। ਕੋਈ ਸਰਕਾਰੀ ਦੁਆਰੇ ਗਏ ਕਿਸੇ ਦੇ? ਨਹੀਂ ਹਜੇ ਨਹੀਂ। ਹੈਂ? ਨਹੀਂ ਕੋਈ ਫਰਿਆਦ ਨਹੀਂ ਸੁਣਦਾ ਕਿਸੇ? ਨਹੀਂ ਕਿਸੇ ਨੂੰ ਕੋਈ ਨਹੀਂ ਸੁਣਦਾ। ਹੁਣ ਕੀ ਕਹਿਣਾ ਚਾਹੁੰਦਾ? ਉਮੀਦ ਹੈ ਕੋਈ? ਹਾਂਜੀ, ਅਸੀਂ ਸਰਕਾਰ ਤੋਂ ਇਹ ਚਾਹੁੰਦੇ ਹਾਂ ਕਿ ਸਾਡਾ ਘਰ ਪਵਾ ਦੇ, ਕਮਰਾ ਪਾ ਦੇ, ਲੈਟਰਿੰਗ ਹੈ ਨਹੀਂ, ਬਾਥਰੂਮ ਆਉਣ ਵਾਲੀਆਂ ਖੁੱਲ੍ਹੇ ਸਮਾਨ ਦੇ ਥੱਲੇ ਜਿਹੜਾ ਤੁਹਾਡਾ? ਹਾਂਜੀ। ਸਮਾਨ ਜਿਹੜਾ ਖੁੱਲ੍ਹਾ ਪਿਆ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ? ਬਹੁਤ ਮੰਦੇ ਹਾਲਾਤ ਆ। ਮਤਲਬ ਜਿਹੜਾ ਸਮਾਨ ਤੁਹਾਡਾ ਖੁੱਲ੍ਹਾ ਪਿਆ ਬਾਹਰ ਇਸ ਟਾਈਮ, ਜੇ ਬਰਸਾਤਾਂ ਆ ਜਾਂਦੇ ਕਿੱਥੇ ਰੱਖੋ, ਕੀ ਕਰੋਗੇ, ਕਿਸ ਤਰ੍ਹਾਂ ਗੁਜ਼ਾਰਾ ਕਰੋਗੇ? ਅਸੀਂ ਗੁਜ਼ਾਰਾ ਇਸ ਤਰ੍ਹਾਂ ਹੀ ਕਰ ਲਵਾਂਗੇ, ਕੋਈ ਨਹੀਂ ਸਾਡੀ ਸੁਣਦਾ, ਜੇ ਛੇਤੀ ਤੋਂ ਛੇਤੀ ਸਾਡੀ ਸੁਣ ਲਏ ਕੋਈ, ਧੰਨਵਾਦ ਹੋਵੇ ਉਹਨਾਂ ਦਾ। ਕੀ ਨਾਮ ਤੁਹਾਡਾ, ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ? ਮੇਰਾ ਨਾਮ ਭੋਲੀ। ਹਾਂਜੀ ਭੋਲੀ। ਹਾਂਜੀ ਪਿੰਡ ਸ਼ਹਿਜਾਦੀ। ਸ਼ਹਿਜਾਦੀ ਦੇ ਵਿੱਚ ਤੁਸੀਂ ਆਪਣੇ ਟੁੱਟੇ ਮਕਾਨ ਥੱਲੇ ਕਿਵੇਂ ਰਹਿ ਰਹੇ, ਕਿਸ ਤਰ੍ਹਾਂ? ਇਸ ਤਰ੍ਹਾਂ ਬੈਠੇ ਆ, ਦੋ ਗੁੱਡੀਆਂ ਪਾਈ ਜੀ। ਹਾਂਜੀ। ਘਰ ਵਾਲਾ ਗੂੰਗਾ ਬੋਲਾ ਸੁਣਦਾ ਨਹੀਂ ਆ, ਅੱਜ ਪੰਜ ਦਿਨ ਹੋ ਗਏ ਕੋਠੇ ਡਿੱਗੇ ਨੇ। ਕਿੰਨੀ ਦੇਰ ਹੋ ਗਈ ਤੁਸੀਂ ਕਿਸ ਤਰ੍ਹਾਂ ਦੇ ਹਾਲਾਤ ਵਿੱਚ? ਬਹੁਤ ਜ਼ਿਆਦਾ ਹਾਲਾਤ ਮਾੜੀ ਪਾਈ ਜੀ, ਬਹੁਤ ਭਾਜੀ ਹਾਲਾਤ ਮਾੜੀ ਸਾਡੀ, ਕੋਈ ਨਹੀਂ ਸੁਣਦਾ, ਆਪ ਹੀ ਬੱਜਾ ਲਿਆ ਦੋ ਗੁੱਡੀਆਂ ਲੈ ਕੇ ਬੈਠੇ ਹਾਂ।
ਧੁੱਕੇ ਬੈਠੇ ਆ। ਕੋਈ ਸਰਕਾਰ ਦੇ ਦੁਆਰੇ ਗਏ ਤੁਸੀਂ ਫਰਿਆਦ ਕੀਤੀ ਕਿਸੇ ਨੂੰ? ਬਾਈ ਇੱਥੋਂ ਵੇਖੀ ਜਾਂਦੇ ਸਾਰੇ, ਹੁਣ ਅਸੀਂ ਸਰਕਾਰ ਕੋਲ ਮੰਗ ਮੰਗਦੇ, ਸਾਡੀ ਸੁਣੋ, ਲੂਲੇ ਪਿੰਗਲੇ ਹੈਗੇ ਆ ਨਾ, ਅਸੀਂ ਕੁਛ ਕਰਨ ਜੋਗੇ, ਦੋਵੇਂ ਜੀ ਗੁੱਡੀਆਂ ਦੋ ਆਹ ਲੈ ਕੇ ਬੈਠੇ ਆ ਧੁੱਪੇ ਵਿਚਾਰੀਆਂ। झाड़ू पोचा ला के ਆਪਦੀ ਰੋਟੀ ਮੈਨੂੰ ਵੀ ਮਾਂ ਪਿਓ ਨੂੰ ਵੀ ਖਵਾਉਂਦੀਆਂ ਤੇ ਆਪ ਹੀ ਵੀ ਖਾਂਦੀਆਂ। ਨਹੀਂ ਬਾਈ ਜੀ ਗਰੀਬੀ ਬਹੁਤ, ਨਹੀਂ ਪੜਾ ਸਕਿਆ ਨਾ ਜ਼ਿੰਦਗੀ ਚੱਲ। ਸਰਕਾਰ ਦਾ ਬੜੇ ਦਾਅਵੇ ਕਰਦੀ ਹੈ, ਬੜੇ ਦਾਅਵੇ ਕੀਤੇ ਸਰਕਾਰ ਨੇ। ਹਾਂ ਸਰਕਾਰ ਨੇ ਬਹੁਤ ਦਾਅਵੇ ਕੀਤੇ ਪਰ ਸਾਡਾ ਦਾਅਵਾ ਕੋਈ ਪੂਰਾ ਨਹੀਂ ਹੋਇਆ। ਬਹੁਤ ਕਹਿੰਦੇ ਰਹੇ ਕੋਠਾ ਪਾ ਕੇ ਦੇਵਾਂਗੇ, ਹੀਰ ਦੀ ਬਾਕੀ ਕੋਠਾ ਸਾਡਾ ਡਿੱਗ ਗਿਆ ਭਾਜੀ। ਹੁਣ ਤੁਸੀਂ ਜਿਹੜਾ ਬਰਸਾਤਾਂ ਆ ਰਹੀਆਂ ਨੇ ਕਿਸ ਤਰ੍ਹਾਂ ਗੁਜ਼ਾਰਾ ਕਰੋਗੇ? ਬਹੁਤ ਜ਼ਿਆਦਾ ਔਖਾ ਭਾਜੀ, ਬਹੁਤ ਜ਼ਿਆਦਾ ਔਖਾ। ਤੁਹਾਡੀ ਮਤਲਬ ਕਿਸ ਤਰ੍ਹਾਂ ਸਾਡੀ ਹੋ ਸਕਦਾ ਪਿਆ ਸਾਹਿਬ ਤੇ ਮੌਤ ਵੀ ਹੋ ਸਕਦੀ ਸਾਡੀ। ਆ ਵੇਖ ਲਓ ਨਿੱਕੀਆਂ ਨਿੱਕੀਆਂ ਗੁੱਡੀਆਂ ਲੈ ਕੇ ਮੈਂ ਵਿਚਾਰੀਆਂ ਬੈਠੇ ਹਾਂ, ਨਾਲੇ ਸਾਡਾ ਸਮਾਨ ਪਿਆ ਬਾਹਰੇ ਧੁੱਪੇ ਸੇਕਣ ਦਾ ਆ। ਸਾਡੀ ਸਰਕਾਰ ਕੋਲ ਮੰਗ ਮੰਗ ਲੈਂਦੇ ਹਾਂ ਵੀ ਵੱਧ ਤੋਂ ਵੱਧ ਸਾਡੀ ਸਰਕਾਰ ਘਰ ਬਾਰ ਭਰ ਦੇ, ਕਮਰਾ ਪਾ ਦੇ। ਸਰਕਾਰਾਂ ਕੋਈ ਨਹੀਂ ਸੁਣਦੀ ਨਾ, ਕੋਈ ਸਰਕਾਰ ਨਹੀਂ ਸੁਣਦੀ। ਜਿੰਨਾ ਕਹਿ ਦਿੱਤਾ ਵੇਖੀ ਜਾਂਦੇ ਸਾਰੇ, ਅੱਜ 5 ਦਿਨ ਹੋ ਗਏ ਆ ਕੁੜੀਆਂ ਨੂੰ ਮੈਂ ਬੈਠੀ ਲੈ ਕੇ। ਉੱਤੋਂ ਬਾਰਿਸ਼ਾਂ ਦਾ ਵੀ ਤੇ ਬਾਰਿਸ਼ਾਂ ਆਉਣ ਵਾਲੀਆਂ ਨੇ, ਕਿਸ ਤਰ੍ਹਾਂ ਗੁਜ਼ਾਰਾ ਕਰੋਗੇ? ਬਹੁਤ ਗੁਜ਼ਾਰਾ ਔਖਾ ਕਰਨਾ, ਬਹੁਤ ਜ਼ਿਆਦਾ ਔਖਾ ਹੋਏਗਾ। ਘਰ ਵਾਲਾ ਗੂੰਗਾ ਬੋਲਾ ਸੁਣਦਾ ਨਹੀਂ ਆ, ਉਹ ਵੀ ਮਨ 'ਤੇ ਟੈਨਸ਼ਨ ਲਈ ਫਿਰਦਾ ਵੀ ਕੀ ਕਰਦਾ ਕੀ। ਉਹਨੇ ਦੁੱਖ ਸੁੱਖ ਦੱਸ ਹੀ ਨਹੀਂ ਸਕਦਾ, ਨਾ ਉਹ ਕਿਸੇ ਨੂੰ ਕਹਿ ਹੀ ਸਕਦਾ ਵੀ ਮੈਂ ਨਾ ਐਂ ਹੋਈ ਮੈਂ ਨਾ ਐਂ। ਪਿੰਡ ਦੇ ਲੋਕ ਪਰਿਵਾਰ ਦੀ ਹਾਲਤ ਨੂੰ ਵੇਖ ਕੇ ਸਰਕਾਰ, ਸਮਾਜ ਸੇਵੀ ਸੰਸਥਾਵਾਂ ਤੇ NRI ਵੀਰਾਂ ਤੋਂ ਮਦਦ ਦੀ ਗੁਹਾਰ ਲਗਾ ਰਹੇ ਨੇ। ਹਾਂਜੀ ਭਾਜੀ, ਇਹਨਾਂ ਦਾ ਕਮਰਾ ਸੀ ਇੱਕ ਦੋ ਦਿਨ ਪਹਿਲਾਂ ਬਾਰਿਸ਼ ਆਈ ਹੈ ਹਨੇਰੀ ਦੇ ਨਾਲ, ਉਹ ਡਿੱਗ ਪਿਆ। ਇਸ ਟਾਈਮ ਇਹ ਇਸ ਤਰ੍ਹਾਂ ਹੀ ਰਹਿ ਰਹੇ ਨੇ ਬਿਨਾਂ ਖੁੱਲ੍ਹੇ ਸਮਾਨ ਦੀ ਛੱਤ ਦੇ ਹੇਠ। ਜੇ ਹੁਣ ਵੀ ਮੀਂਹ ਜਾਂ ਹਨੇਰੀ ਆਏ ਤਾਂ ਇਹਨਾਂ ਦਾ ਸਮਾਨ ਤੇ ਆਪ ਤੇ ਇਹਨਾਂ ਨੇ ਭੇਜਣਾ, ਇਹ ਸਮਾਨ ਵੀ ਇਹਨਾਂ ਦਾ ਭੇਜਣਾ ਹੈ। ਸਰਕਾਰ ਨੂੰ, ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਨਾਂ ਦਾ ਕਮਰਾ ਜਿਹੜਾ ਬਣਾ ਕੇ ਦਿੱਤਾ ਜਾਵੇ। ਅਤੇ ਪਰਿਵਾਰ ਕਿਸ ਤਰ੍ਹਾਂ ਦੇ ਹਾਲਾਤ ਨੇ ਇਹਨਾਂ ਦੇ? ਬਹੁਤ ਜ਼ਿਆਦਾ ਗਰੀਬ ਪਰਿਵਾਰ ਆ। ਜਿਹੜਾ ਆਪ ਬੰਦਾ ਮਾਲਕ ਆ ਘਰ ਦਾ, ਉਹ ਗੂੰਗਾ ਵੀ ਆ ਅਤੇ ਬੋਲਾ ਵੀ ਆ, ਦਿਹਾੜੀਦਾਰ ਦਿਹਾੜੀ ਕਰਦਾ ਅਤੇ ਮਹਾਂ ਆਪਦਾ ਗੁਜ਼ਾਰਾ ਹੀ ਘਰ ਦਾ ਚੱਲਦਾ। ਦੋ ਬੇਟੀਆਂ ਨੇ ਇਹਨਾਂ ਦੀਆਂ, ਬੇਟਾ ਨਹੀਂ ਹੈਗਾ, ਬੇਟੀਆਂ ਹੀ ਨੇ। ਬੇਟੀਆਂ ਵੀ ਨਾਲ ਹੱਥ ਬੜੱਥੀ ਪਾਉਂਦੀਆਂ ਨੇ, ਪਰ ਉਹ ਓਨੀ ਗੱਲ ਨਹੀਂ ਬਣਦੀ ਵੀ ਆਪਦਾ ਘਰ ਦਾ ਗੁਜ਼ਾਰਾ ਹੀ। ਤੁਹਾਨੂੰ ਪਤਾ ਵੀ ਖਰਚੇ ਬਹੁਤ ਜ਼ਿਆਦਾ ਵਧੇ ਹੋਏ ਨੇ, ਇਸ ਕਰਕੇ ਆਪਦਾ ਹੀ ਗੁਜ਼ਾਰਾ ਮਹਾਂ ਚਲਾਉਂਦੇ ਨੇ। ਅਤੇ ਮੇਰੇ ਵੀਰਾਂ ਸੱਜਣਾਂ ਨੂੰ ਬੇਨਤੀ ਆ ਵੀ ਜਿਹੜੇ ਕੋਈ ਸੰਸਥਾ ਹੈ ਜਾਂ NRI ਵੀਰ ਆ, ਹੁਣ ਹਾਲਾਤ ਵਿੱਚ ਰਹਿ ਰਹੇ, ਖੁੱਲ੍ਹਾ ਸਮਾਨ ਥੱਲੇ ਕਿਸ ਤਰ੍ਹਾਂ ਰਹਿ ਰਹੇ? ਖੁੱਲ੍ਹਾ ਸਮਾਨ ਤੁਸੀਂ ਵੇਖ ਲਓ ਵੀ ਆਪ ਉੱਤੇ ਇਹਨਾਂ ਨੇ ਛੱਤ ਪਾਈ ਆ ਪੱਲੀਆਂ ਦੀ ਬਣਾ ਕੇ। ਹੁਣ ਮੰਨ ਕੇ ਚੱਲੋ ਵੀ ਜੇ ਹਨੇਰੀ ਜਾਂ ਮੀਂਹ ਆ ਜਾਏ ਤਾਂ ਇਹਨਾਂ ਦੀ ਜਿਹੜੀ ਜ਼ਿੰਦਗੀ ਹੈ ਇਹਦੋਂ ਵੀ ਬੱਤਰ ਬਣ ਜਾਣੀ ਆ। ਇਹਨਾਂ ਦੇ ਹਾਲਾਤ ਜਿਹੜੇ ਇੰਨੇ ਜ਼ਿਆਦਾ ਖਰਾਬ ਹੋ ਚੁੱਕੇ ਆ। ਅਤੇ NRI ਵੀਰਾਂ ਨੂੰ, ਸੱਜਣਾਂ ਨੂੰ, ਸੰਸਥਾ ਨੂੰ ਬੇਨਤੀ ਆ ਇਹ ਵੀ ਆਣ ਕੇ ਅੱਗੇ ਇਹਨਾਂ ਦੀ ਮਦਦ ਕੀਤੀ ਜਾਵੇ। ਸਰਕਾਰ ਨੂੰ ਤਾਂ ਬੇਨਤੀ ਹੈਗੀ ਹੈਗੀ ਹੈ। ਪੰਜਾਬੀ ਡਿਸਟ੍ਰਿਕਟ ਫਿਰੋਜ਼ਪੁਰ ਪੰਜਾਬ ਤੋਂ ਬੋਲਦੇ ਹਾਂ। ਇਹ ਇੱਕ ਬਹੁਤ ਹੀ ਗਰੀਬ ਪਰਿਵਾਰ ਹੈ ਜਿਨ੍ਹਾਂ ਦੇ ਸਿਰ ਤੋਂ ਅੱਜ ਛੱਤ ਵੀ ਉੱਠ ਗਈ। ਅੱਜ ਹਰ ਪਰਿਵਾਰ ਦੀ ਜ਼ਰੂਰਤ ਹੈ, ਘੱਟ ਤੋਂ ਘੱਟ ਸਿਰ 'ਤੇ ਛੱਤ ਹੋਣੀ ਤਾਂ ਜ਼ਰੂਰੀ ਹੈ ਨਾ। ਇਹ ਪਰਿਵਾਰ ਉਹ ਆ ਜਿਨ੍ਹਾਂ ਕੋਲ ਇੱਕ ਮੂਲੀ ਜਿਹਾ ਕਮਰਾ ਸੀ ਔਰ ਬਰਸਾਤ ਹੋਈ ਔਰ ਉਹ ਕਮਰਾ ਵੀ ਢਹਿ ਢੇਰੀ ਹੋ ਗਿਆ, ਜਿਹਦੇ ਵਿੱਚ ਇਹਨਾਂ ਦਾ ਕੁਛ ਰਹਿਸੀ ਸਮਾਨ ਵੀ ਖਤਮ ਹੋ ਗਿਆ ਔਰ ਜੋ ਇਹਨਾਂ ਦਾ ਫਰਨੀਚਰ ਸੀ ਉਹ ਵੀ ਟੁੱਟ ਗਿਆ ਔਰ ਇਹਨਾਂ ਮਸ ਬਹੁਤ ਮੁਸ਼ਕਲ ਨਾਲ ਜਾਨ ਬਚਾ ਕੇ ਆਪ ਬਚੇ। ਔਰ ਅੱਜ ਇਹ ਪਰਿਵਾਰ ਇੱਕ ਕਾਨਿਆਂ ਦੀ ਛੱਤ ਵੀ ਨਹੀਂ ਇਹਨਾਂ ਦੇ ਸਿਰ 'ਤੇ ਹੈਗੀ, ਹਰ ਇੱਕ ਝੁੱਗੀ ਵੀ ਨਹੀਂ ਹੈਗੀ। ਇੱਥੋਂ ਤੱਕ ਦੇਖਿਆ ਜਾਏ ਮੌਕਾ ਆ ਕੇ ਇਹਨਾਂ ਦੇ ਸਿਰ 'ਤੇ ਝੁੱਗੀ ਵੀ ਨਹੀਂ ਰਹਿ ਗਈ ਔਰ ਇਹਨਾਂ ਦੇ ਨਾ ਤਾਂ ਕੋਈ ਫਲੈਸ਼, ਨਾ ਕੋਈ ਬਾਥਰੂਮ, ਨਾ ਕੋਈ ਕਮਰਾ। ਮੈਨੂੰ ਮੇਰੇ ਪੰਜਾਬ ਦੇ ਵਿੱਚ ਵੇਖਿਆ ਜਾਵੇ ਤਾਂ ਸਭ ਤੋਂ ਗਰੀਬ ਪਰਿਵਾਰ ਇਹ ਪਰਿਵਾਰ ਹੈ। ਅਸੀਂ ਸਰਕਾਰ ਤੋਂ ਵੀ ਮੰਗ ਕਰ ਰਹੇ ਹਾਂ ਕਿ ਇਹੋ ਜਿਹੇ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ, ਕਿਉਂਕਿ ਇਹ ਆਦਮੀ ਗੂੰਗਾ ਵੀ ਹੈ, ਬੋਲਾ ਵੀ ਹੈ, ਇਹਨਾਂ ਦੇ ਘਰ ਵਾਲੇ ਜਿਹੜੇ ਉਹ ਅੰਗਹੀਨ ਨੇ ਔਰ ਦੋ ਲੜਕੀਆਂ ਨੇ ਜਿਹੜੀਆਂ ਕਿ ਵਿਚਾਰੀਆਂ ਘਰਾਂ ਦੇ ਵਿੱਚ ਕੰਮ ਕਰਕੇ ਮਸਾਂ ਪੇਟ ਪਾਲਦੀਆਂ ਨੇ। ਔਰ ਇਹੋ ਜਿਹੇ ਪਰਿਵਾਰ ਦੀ ਸਾਨੂੰ ਵੱਧ ਤੋਂ ਵੱਧ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ। NRI ਵੀਰ ਜੇ ਸੁਣਦੇ ਹੋਣ ਉਹ ਵੀ ਆਪਣਾ ਸਹਿਯੋਗ ਦੇਣ ਅਤੇ ਇਸ ਪਰਿਵਾਰ ਨੂੰ ਕੁਛ ਨਾ ਕੁਛ ਮਕਾਨ ਬਣਾ ਕੇ ਦਿੱਤਾ ਜਾਵੇ ਜਿਸ ਵਿੱਚ ਇਹ ਸਿਰ ਢੱਕ ਸਕਣ। ਅੱਜ ਬਰਸਾਤ ਦਾ ਸਮਾਂ ਆ ਰਿਹਾ, ਇਹੋ ਜਿਹੇ ਸਮੇਂ ਦੇ ਵਿੱਚ ਮੈਨੂੰ ਉਮੀਦ ਹੈ ਕਿ ਇਸ ਪਰਿਵਾਰ ਤੋਂ ਉਹ ਭਾਣਾ ਵਾਪਰ ਸਕਦਾ ਹੈ ਕਿ ਜੇ ਜ਼ਿਆਦਾ ਮੀਂਹ ਆਵੇ ਤਾਂ ਇਹਨਾਂ ਦੀ ਜਾਨ ਵੀ ਜਾ ਸਕਦੀ ਹੈ।
ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ ਐਨ ਆਰ ਆਈ।